सत श्री अकाल जी, तुसी वेख रहे हो चैनल ग्लो मीडिया। मैं तुहाडा तरनदीप सिंह। इस वक्त की वड्डी खबर, अज पंजाब दे विच भूचाल दे कई थावां ते झटके महसूस होया। मैं तुहानूं दस दी कि पंजाब दे विच अज सवेरे 10:04 ते पंजाब दे विच भूचाल दे झटके महसूस किए गए हन। ਵਿਗਿਆਨੀਆਂ ਦਾ ਕਹਿਣਾ ਹੈ, ਭਾਰਤੀ ਭੂ ਵਿਗਿਆਨੀਆਂ ਦਾ ਕਹਿਣਾ ਹੈ ਕਿ 10:04 ਦੇ ਪੰਜਾਬ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ 3.9 ਦੱਸੀ ਜਾ ਰਹੀ ਹੈ। ਇਸ ਦਾ ਜੋ ਮੇਨ ਕੇਂਦਰ ਬਿੰਦੂ ਸੀ ਉਹ ਹਰਿਆਣੇ ਦੇ ਰੋਹਤਕ ਦੱਸਿਆ ਜਾ ਰਿਹਾ, ਪਰ ਇਸ ਝਟਕੇ ਜੋ ਪਏ ਹਨ ਉਹ ਪਾਕਿਸਤਾਨ ਦੇ ਲਾਹੌਰ, ਪਿਸ਼ਾਵਰ ਤੋਂ ਹੁੰਦੇ ਹੋਏ ਅੰਮ੍ਰਿਤਸਰ, ਅੰਮ੍ਰਿਤਸਰ ਤਰਨ ਤਾਰਨ ਅਤੇ ਗੁਰਦਾਸਪੁਰ ਦੇ ਕਈ ਇਲਾਕਿਆਂ ਵਿੱਚ ਇਸ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ। ਬਠਿੰਡੇ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੀ ਤੀਬਰਤਾ 3.9 ਦੱਸੀ ਜਾ ਰਹੀ ਹੈ। ਭੂ ਵਿਗਿਆਨੀ ਦਾ ਕਹਿਣਾ ਹੈ ਕਿ ਇਸਦਾ ਜੋ ਕੇਂਦਰ ਬਿੰਦੂ ਸੀ ਉਹ ਹਰਿਆਣਾ ਦੱਸਿਆ ਜਾ ਰਿਹਾ ਹੈ। ਫਿਲਹਾਲ ਇਹ ਸਵੇਰੇ ਜੋ ਭੂਚਾਲ ਆਇਆ ਹੈ ਇਸਦਾ ਟਾਈਮਿੰਗ ਦੱਸੀ ਜਾ ਰਹੀ ਹੈ ਕਿ 10:04 ਦੇ ਪੰਜਾਬ ਦੇ ਵਿੱਚ ਇਹਦੇ ਝਟਕੇ ਪਏ ਹਨ। ਸੋ ਫਿਲਹਾਲ ਕਿਹੜੀਆਂ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ, ਪਰ ਇਸਦਾ ਜੋ ਮੇਨ ਬਿੰਦੂ ਸੀ ਉਹ ਪਾਕਿਸਤਾਨ ਦਾ ਲਾਹੌਰ, ਅੰਮ੍ਰਿਤਸਰ ਅਤੇ ਹਰਿਆਣੇ ਦਾ ਰੋਹਤਕ ਦੱਸਿਆ ਜਾ ਰਿਹਾ ਹੈ, ਜਿੱਥੇ ਸਵੇਰੇ 10:04 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ, ਜਿਸ ਦੀ ਤੀਬਰਤਾ 3.9 ਦੱਸੀ ਜਾ ਰਹੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਚੈਨਲ ਗਲੋ ਮੀਡੀਆ। ਮੈਂ ਤੁਹਾਡਾ ਤਰਨਦੀਪ ਸਿੰਘ। ਇਸ ਵਕਤ ਦੀ ਵੱਡੀ ਖਬਰ, ਅੱਜ ਪੰਜਾਬ ਦੇ ਵਿੱਚ ਭੂਚਾਲ ਦੇ ਕਈ ਥਾਵਾਂ 'ਤੇ ਝਟਕੇ ਮਹਿਸੂਸ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਸਵੇਰੇ 10:04 'ਤੇ ਪੰਜਾਬ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂ ਵਿਗਿਆਨੀਆਂ ਦਾ ਕਹਿਣਾ ਹੈ, ਭਾਰਤੀ ਭੂ ਵਿਗਿਆਨੀਆਂ ਦਾ ਕਹਿਣਾ ਹੈ ਕਿ 10:04 'ਤੇ ਪੰਜਾਬ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ 3.9 ਦੱਸੀ ਜਾ ਰਹੀ ਹੈ। ਇਸ ਦਾ ਜੋ ਮੇਨ ਕੇਂਦਰ ਬਿੰਦੂ ਸੀ ਉਹ ਹਰਿਆਣੇ ਦੇ ਰੋਹਤਕ ਦੱਸਿਆ ਜਾ ਰਿਹਾ, ਪਰ ਇਸ ਝਟਕੇ ਜੋ ਪਏ ਹਨ ਉਹ ਪਾਕਿਸਤਾਨ ਦੇ ਲਾਹੌਰ, ਪਿਸ਼ਾਵਰ ਤੋਂ ਹੁੰਦੇ ਹੋਏ ਅੰਮ੍ਰਿਤਸਰ, ਅੰਮ੍ਰਿਤਸਰ ਤਰਨ ਤਾਰਨ ਅਤੇ ਗੁਰਦਾਸਪੁਰ ਦੇ ਕਈ ਇਲਾਕਿਆਂ ਵਿੱਚ ਇਸ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ। ਬਠਿੰਡੇ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੀ ਤੀਬਰਤਾ 3.9 ਦੱਸੀ ਜਾ ਰਹੀ ਹੈ। ਭੂ ਵਿਗਿਆਨੀ ਦਾ ਕਹਿਣਾ ਹੈ ਕਿ ਇਸਦਾ ਜੋ ਕੇਂਦਰ ਬਿੰਦੂ ਸੀ ਉਹ ਹਰਿਆਣਾ ਦੱਸਿਆ ਜਾ ਰਿਹਾ ਹੈ। ਫਿਲਹਾਲ ਇਹ ਸਵੇਰੇ ਜੋ ਭੂਚਾਲ ਆਇਆ ਹੈ ਇਸਦਾ ਟਾਈਮਿੰਗ ਦੱਸੀ ਜਾ ਰਹੀ ਹੈ ਕਿ 10:04 'ਤੇ ਪੰਜਾਬ ਦੇ ਵਿੱਚ ਇਹਦੇ ਝਟਕੇ ਪਏ ਹਨ। ਸੋ ਫਿਲਹਾਲ ਕਿਹੜੀਆਂ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ, ਪਰ ਇਸਦਾ ਜੋ ਮੇਨ ਬਿੰਦੂ ਸੀ ਉਹ ਪਾਕਿਸਤਾਨ ਦਾ ਲਾਹੌਰ, ਅੰਮ੍ਰਿਤਸਰ ਅਤੇ ਹਰਿਆਣੇ ਦਾ ਰੋਹਤਕ ਦੱਸਿਆ ਜਾ ਰਿਹਾ ਹੈ, ਜਿੱਥੇ ਸਵੇਰੇ 10:04 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ, ਜਿਸ ਦੀ ਤੀਬਰਤਾ 3.9 ਦੱਸੀ ਜਾ ਰਹੀ ਸੀ।